ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਤੁਹਾਨੂੰ ਦੁਮਾਲਾ ਸਿਖਾਉਣ ਜਾ ਰਹੇ ਹਾਂ। ਆਹ ਦੁਮਾਲਾ ਸੰਪੂਰਨ ਦੁਮਾਲਾ ਆ, ਠੀਕ ਹੈ ਜੀ, 6 ਮੀਟਰ ਦੁਮਾਲੇ ਦੀ ਲੈਂਥ ਆ। ਅਤੇ ਸਭ ਤੋਂ ਪਹਿਲੀ ਗੱਲ ਜਿਹੜੀ ਤੁਹਾਨੂੰ ਦੱਸਣੀ ਆ, ਜੇ ਤੁਸੀਂ ਦੁਮਾਲਾ ਸਜਾ ਰਹੇ ਹੋ ਤਾਂ ਦੁਮਾਲਾ ਨੀਚੇ ਹੀ ਲੱਗਣਾ ਚਾਹੀਦਾ। ਹੋ ਸਕਦਾ ਜੇ ਤੁਸੀਂ ਉੱਤੇ ਪੈ ਕੇ ਬੰਨੋ ਤਾਂ ਠੀਕ ਆ, ਜੇ ਤੁਸੀਂ ਨੀਚੇ ਪੈ ਕੇ ਬੰਨ ਰਹੇ ਹੋ ਤਾਂ ਹੋਰ ਚੰਗੀ ਗੱਲ ਆ। ਪਰ ਨੀਚੇ ਤੁਸੀਂ ਇੱਦਾਂ ਦਾ ਹਜੂਰੀ ਆ ਜਾਂ ਫਿਰ ਕੋਈ ਕੱਪੜਾ ਨੀਚੇ ਵਿਛਾ ਲਓ ਜਿਹਦੇ ਨਾਲ ਨੀਚੇ ਦੁਮਾਲਾ ਸਾਹਿਬ ਟੱਚ ਨਾ ਹੋਵੇ। ਦੁਮਾਲੇ ਸਾਹਿਬ ਨੂੰ ਤੁਸੀਂ ਚੁਣ ਕੇ ਰੱਖ ਸਕਦੇ ਹੋ। ਚੁਣਨ ਤੋਂ ਬਾਅਦ ਤੁਸੀਂ ਦੁਮਾਲੇ ਸਾਹਿਬ ਨੂੰ ਦੁਮਾਲਾ ਸਾਹਿਬ ਬੰਨਣਾ ਕਿੱਦਾਂ ਆ, ਮੈਂ ਬਿਨਾਂ ਚੌਂਕ ਤੋਂ ਬੰਨ ਰਿਹਾ। ਚੌਂਕ ਦਾ ਮਤਲਬ ਹੁੰਦਾ ਸ਼ੀਸ਼ਾ, ਮਿਰਰ ਜਿਹਨੂੰ ਕਹਿੰਦੇ ਆ। ਤੁਸੀਂ ਸ਼ੀਸ਼ੇ ਦਾ ਯੂਜ਼ ਕਰ ਸਕਦੇ ਹੋ। ਮੈਂ ਵੀਡੀਓ ਬਣਾ ਰਿਹਾ ਸੀ ਤਾਂ ਮੈਂ ਚੌਂਕ ਦਾ ਯੂਜ਼ ਨਹੀਂ ਕੀਤਾ। ਹਾਂ, ਹੋ ਸਕਦਾ ਮੇਰੇ ਥੋੜ੍ਹੇ ਲਾੜ ਉੱਤੇ ਨੀਚੇ ਆਉਣ, ਪਰ ਤੁਸੀਂ ਉਹਨੂੰ ਸਿਲਾਈ ਨਾਲ ਆਰਾਮ ਨਾਲ ਠੀਕ ਕਰ ਸਕਦੇ ਹੋ। ਚਲੋ ਹੁਣ ਤੁਹਾਨੂੰ ਦੱਸਦੇ ਹਾਂ ਕਿੱਦਾਂ ਦੁਮਾਲਾ ਸਾਹਿਬ ਨੂੰ ਬੰਨਣਾ। ਪਾਣੀ ਪਤ ਦੀ ਜੰਗ ਮੁਗਲ ਤੋਂ ਲੋਧੀ ਹਾਰ ਗਿਆ ਜੀ। ਮਾਰੇ ਮਰਦ ਕਾਟ ਕਰ ਕੰਡੀਆਂ ਹੋਈਆਂ ਸੱਚ ਲਿਆਈਆਂ ਰੰਡੀਆਂ, ਇੱਥੇ ਮਾਰ ਪਈ ਗੁਰ ਲਾਣੇ ਮਿੱਠੇ ਗੁਰ ਕਰ ਮੰਨ ਲੈ ਭਾਣੇ ਜੋ ਵਰਤਾ ਕਰਦਾ ਹਿੰਦੂਆਂ ਨਾਲ ਜੋੜ ਲੈ ਰਿਸ਼ਤੇ ਵਿਆਹ ਕੇ ਕੁੜੀ ਰਠੋੜਾਂ ਦੀ ਜੀ। ਤੇਰੇ ਲੈ ਲੈ ਕਰ ਪਰ ਕਮਿਆ ਉਸਦੇ ਜਹਾਂਗੀਰ ਪੁੱਤ ਜੰਮਿਆ, ਉਹ ਤਾਂ ਸਿਆਣਾ ਦਾਸ ਸਵਰ ਸੀ ਸਿੱਖਾਂ ਕਲਾਂ ਫਰਿਆ ਕਰ ਭਾਸੀ ਚੰਦੂ ਦੀ ਗੁਪਤ ਗੁਰੂ ਤੇ ਖਵੀਆਂ ਯਾਰ ਜਨ ਦੇਵ ਪੀੜ ਕੇ ਤਵੀਆਂ ਉੱਤੇ ਬਠਾਤਾ ਪਾਪੀ ਨੇ, ਹੇਠਾਂ ਅਗਨ ਸੀਸ ਵਿੱਚ ਰੇਤਾ ਕਰਮ ਪਵਾਤਾ ਪਾਪੀ ਨੇ ਜੀ। ਅਗ ਨੇ ਜਿਸਮ ਬਣਾਤਾ ਕੋਲਾ, ਭਜਨੇ ਗੁਰੂ ਛੱਡ ਗਏ ਚੋਲਾ, ਕਰਕੇ ਖਤਮ ਯਾਤਰਾ ਜਗਦੀ ਰਾਵੀ ਨਦੀ ਕੋਲ ਦੀ ਵਗਦੀ ਉਸ ਵਿੱਚ ਚੁੱਪੇ ਮਾਰ ਦਿੱਤੇ ਜਲਦੀ ਜੁਲਮ ਸਿਖਾਤੇ ਹੋਏ ਜੁਲਮ ਨੇ ਹੋਰ ਨਿਖਾ ਦਿੱਤੇ ਛੇਵੇਂ ਗੁਰੂ ਨਾ ਦੀਨ ਕਬੂਲਣਿਓ ਕਬੂਲਣ ਗਲ ਵਿੱਚ ਦੋ ਤਲਵਾਰਾਂ ਝੂਲਣ ਸ਼ਿਕਾਰ ਮਾਣ ਦੇ ਮੌਜ ਕਰਕੇ ਤਿਆਰ ਸਿੱਖਾਂ ਦੀ ਫੌਜ ਆਹੂ ਲਾ ਤੇ ਮੁਗਲਾਂ ਦੇ ਅੰਗੇ ਚਾਰ ਲੜਾਈਆਂ ਲੜੀਆਂ ਛੱਕੇ ਛੜਾ ਤੇ ਮੁਗਲਾਂ ਦੇ ਇਕੱਠਾ ਕਰੀ ਵਾਰ ਸਿੰਘ ਪਾਵਰ ਤਖਤ ਅਕਾਲੀ ਉਸਾਰਿਆ ਟਾਵਰ ਸਤਗੁਰ ਲਾਉਣੀ ਕਚਹਿਰੀ ਕਰਦੇ ਆਫਰਿਆ ਤਾਂ ਸ਼ਹਿਰੀ ਸਭ ਦੇ ਕਾਜ ਸਵਾਰ ਦਿੱਤੇ ਜੈ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਿਖਾ ਦਿੱਤੇ ਹੋਏ ਔਰੰਗਜ਼ੇਬ ਸੰਭਾਲਿਆ ਤਖਤ ਜਬਰ ਜ਼ੁਲਮ ਦੇ ਲਖਤੈ ਜਬਰਨ ਮੂਮਨ ਕਰਦਾ ਸਾਮੀ ਨਹੀਂ ਖੁਦਾ ਤੋਂ ਡਰਦਾ ਨੀਅਤ ਰੱਖਦਾ ਕੋਟੀ ਦੀ ਫੁੱਟੀ ਤੇਰ ਜਨੇਊ ਲਾ ਕੇ ਮਗਰੋਂ ਛਕਦਾ ਰੋਟੀ ਸੀ ਜੀ। ਅਫਗਰ ਸ਼ੇਰ ਲਗਾਤੇ ਲਾਂਬੂ ਕਰਦੇ ਫਿਪ ਕਸ਼ਮੀਰੀ ਕਾਂਬੂ ਆਗੇ ਤੇਗ ਬਹਾਦਰ ਪਾਸ ਮਰ ਕੇ ਫਿਪਰਾ ਦੀ ਅਰਦਾਸ ਉਹਨਾਂ ਨੇ ਸਰਵਾਰ ਦਿੱਤੇ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਿਖਾ ਦਿੱਤੇ ਫਦ ਕੇ ਗੁਰੂ ਗੋਬਿੰਦ ਸਿੰਘ ਜੀ ਦੇ
ਮਾਈ ਤਾਰ ਨਰੇਚਾ ਦੀ ਹੱਕ ਸੁਣ ਕੇ ਬਲ ਗਈ ਜੀ ਜੀ ਪੌਂਟਾ ਸਹਿਬ ਹਰਾ ਕੇ ਰਾਜੇ ਅੰਮ੍ਰਿਤ ਪਿਆ ਕੇ ਤੇ ਸਿੰਘ ਸਾਜੇ ਮਾਤਾ ਗੁਜਰੀ ਦੇ ਪੁੱਤ ਚਾਰੇ ਭਾਰਤ ਵਰਸ਼ੀ ਤੋਂ ਦੀਵਾਰੇ ਕਰਜੇ ਸਿਰੋਂ ਉਤਾਰ ਤੇ ਜਲਵੀ ਜ਼ੁਲਮ ਸਿਕਾਤੇ ਹੋਏ ਜ਼ੁਲਮ ਨੇ ਹੋਰ ਲਗਾਤ ਤੇ ਪੌਂ ਜਨ ਦੇੜ ਪਿਆ ਕੇ ਆ ਚੋਲਾ ਮਾਦੋ ਦਾਸ ਕਰਿਆ ਬਸ ਭੋਲਾ ਪੱਗਜੀ ਬੂੰਦ ਅਮੀਰ ਦੀ ਤੁੱਤ ਨੂੰ ਸਰਪ ਪੰਜਾਬ ਤੋਰੀਆ ਯੁੱਧ ਨੂੰ ਦੇ ਕੇ ਸੈਨਾ ਬਨੂੜ ਸੰਡੋਰਾ ਇੱਟ ਇੱਟ ਕਰਤੀ ਤਿੰਨਾਂ ਦੀ ਜੀ ਬੜੀਆਂ ਤੇਜ ਲੜਾਈਆਂ ਲੜੀਆਂ ਵੱਡਦੇ ਮੁਗਲ ਜਿਵੇਂ ਗੰਜਰੀਆਂ ਤੂ ਅਤੇ ਸਜਾਦਨ ਚੁੱਕਿਆ ਡੰਡਾ ਸਣੇ ਵਜੀ ਤੇ ਟੁਕਿਆ ਖੁੱਲ ਸਤੈਨੀ ਮਾਤ ਤੇ ਜਲਵੀ ਜ਼ੁਲਮ ਸਿਕਾਤੇ ਹੋਏ ਜ਼ੁਲਮ ਨੇ ਹੋਰ ਨਕਾਰ ਦਿੱਤੇ ਉਹ ਬੰਦਾ ਬਹਾਦਰ ਕਾਫੀ ਲੜਿਆ ਜਾ ਗੁਰਦਾਸ ਨੰਗਲ ਤੋਂ ਫੜਿਆ ਪਿੰਜਰੇ ਪਾ ਕੇ ਲੈ ਗਏ ਦਿੱਲੀ ਜਕੜੇ ਭਰੇ ਨੂੜ ਕੇ ਬੈਲੀ ਕਰਦੇ ਕਤਲ ਜਲਾਤਾ ਨੇ ਮੰਨੀ ਈਣ ਨਤੀਣ ਗੁਰੂ ਦੇ ਸੱਚੇ ਮਜਾਜਾਂ ਨੇ ਜੀ ਬਣੀਆਂ ਫੇਰ ਟਵੈਲਵ ਮਿਸਲਾ ਫਿਰਦੇ ਸਿੰਘ ਵਜਾਉਂਦੇ ਬਿਸਲਾ ਲਕਸ਼ਮ ਰਹਿਣ ਮਾਰਦੇ ਡਾਕੇ ਪਾਤੇ ਸੂਪਿਆਂ ਦੇ ਗਲ ਸਿਆਪੇ ਉਹਨਾਂ ਸੁੱਟਾਂ ਦੇ ਆਰਤ ਤੇ ਜਦ ਵੀ ਜ਼ੁਲਮ ਸਿਕਾਤੇ ਹੋਏ ਜ਼ੁਲਮ ਨੇ ਹੋਰ ਨਕਾਤ ਦੇ ਹੋ ਗਿਆ ਤੇਜ ਜ਼ੁਲਮ ਦਾ ਚੱਕਰ ਫੜ ਕੇ ਕੇਸਾਂ ਧਾਰੀ ਫੱਕਰ ਬਹੁਤੇ ਚਰਖੜੀਆਂ ਤੇ ਚਾੜੇ ਨਿਆਣੇ ਨੇਤਿਆਂ ਤੇ ਟੰਗ ਪਾੜੇ ਕੁਛੜੋ ਖੋ ਕੇ ਮਾਵਾਂ ਦਿਓ ਸਾਡਾ ਰਾਜੀ ਜੇਕਰ